ਸਤਿ ਸ਼੍ਰੀ ਅਕਾਲ ਜੀ ਦਰਸ਼ਕੋ, ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ। ਸੋ ਅੱਜ ਆਪਾਂ ਖੜ੍ਹੇ ਹਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਸੇਠ ਦੀਵਾਨ ਟੋਡਰਮੱਲ ਜੀ ਦੀ ਹਵੇਲੀ। ਦੀਵਾਨ ਸੇਠ ਟੋਡਰਮੱਲ ਜੀ ਦੀ ਇਹ ਤਹਿਖਾਨੇ ਹਵੇਲੀ ਦੇ ਥੱਲੇ, ਅਤੇ ਕਿੰਨਾ ਧਨੀਵਾਨ ਬੰਦਾ ਸੀ ਉਹ, ਅਤੇ ਤਹਿਖਾਨੇ ਤਾਂ ਫਿਰ ਹੋਣੇ ਲਾਜ਼ਮੀ ਸੀ ਨਾ। ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ ਦੀਵਾਨ ਟੋਡਰਮੱਲ ਸੇਠ ਦੀ ਹਵੇਲੀ। ਤੋ ਆਪਾਂ ਦੇਖਦੇ ਹਾਂ ਹੋਰ ਵੀ ਜਾ ਕੇ ਅੱਗੇ, ਇਹ ਨਾ ਤਹਿਖਾਨਾ ਜਿੱਥੇ ਮੈਂ ਖੜ੍ਹਾ ਇਸ ਟਾਈਮ, ਇਹ ਬਾਹਰੋਂ ਥੋੜ੍ਹਾ ਜਿਹਾ ਢਹਿਆ ਹੋਇਆ, ਥੋੜ੍ਹਾ ਕਿ ਕਾਫੀ ਸਾਰੇ ਢਹਿ ਚੁੱਕ, ਅਤੇ ਇਹ ਪਿੰਨਾਂ ਇਹਨਾਂ ਨੇ ਲਾਈਆਂ ਹੋਈਆਂ ਤਾਂ ਕਿ ਇਹ ਦੁਬਾਰਾ ਜਿਹੜਾ ਵੀ ਜਿੰਨਾ ਕੁ ਬਚਿਆ ਪਿਆ ਉਨਾ ਕੁ ਤਾਂ ਚਲੋ ਸਮਾਂ ਰਹੇ। ਇਹ ਲੋਹੇ ਦੀਆਂ ਸਰੀਏ ਪਿੰਨਾਂ ਇਹਨਾਂ ਲਾਏ ਹੋਏ ਵੀ ਤਾਂ ਕਿ ਡਿੱਗੇ ਨਾ। ਸੋ ਅੱਗੇ ਚੱਲਦੇ ਹਾਂ ਆਪਾਂ ਹੋਰ, ਦੇਖਦੇ ਹਾਂ ਜਾ ਕੇ ਅੱਗੇ ਕੀ ਕੁਛ ਇਹਦੇ ਵਿੱਚ ਬਣਿਆ ਹੋਇਆ। ਦਰਸ਼ਕੋ ਇਹ ਹੈਗਾ ਰਸੋਈ ਘਰ, ਇਹ ਨਾ ਹਵੇਲੀ ਦਾ ਰਸੋਈ ਹੈ, ਰਸੋਈ ਕਮਰਾ ਹੈ, ਆ ਲਿਖਿਆ ਵੀ ਹੋਇਆ ਰਸੋਈ ਦਾ ਕਮਰਾ। ਸੋ ਇਹਦੇ ਵਿੱਚ ਵੀ ਸਰੀਏ ਲਾਏ ਹੋਏ ਇਹਨਾਂ ਨੇ ਵੀ ਇਹ ਸਾਂਭ ਸੰਭਾਲ ਆ ਜਿਹੜੀ ਇਹਦੀ ਕਾਇਮ ਰਹੇ, ਜਿੰਨਾ ਕੁ ਵੀ ਸਾਡੇ ਕੋਲ ਇਤਿਹਾਸ ਬਚਿਆ ਦੇਖਣ ਯੋਗ ਉਹ ਥੋੜ੍ਹਾ ਜਿਹਾ ਬਚਿਆ ਰਹੇ। ਇਹ ਨਾਲ ਹੀ ਹੈ ਜੀ ਡਰੇਨ ਪਾਈਪ ਪਾਣੀ ਨੂੰ ਬਾਹਰ ਕੱਢਣ ਦੇ ਲਈ, ਰਸੋਈ ਦਾ ਫਾਲਤੂ ਪਾਣੀ ਬਾਹਰ ਕਰਨ ਦੇ ਲਈ। ਸੋ ਇੱਕ ਹੋਰ ਦੇਖਦੇ ਹਾਂ, ਇਹ ਹੈਗਾ ਕੱਪ ਬੋਰਡ, ਕਿਚਨ ਬੋਰਡ, ਕੱਪ ਕਿਚਨ ਕੱਪ ਬੋਰਡ ਲਿਖਿਆ ਹੋਇਆ। ਸੋ ਇਹ ਹੈਗਾ ਚੁੱਲ੍ਹੇ ਵਾਲੀ ਜਗ੍ਹਾ, ਇੱਥੇ ਚੁੱਲ੍ਹਾ ਹੁੰਦਾ ਸੀ, ਇੱਧਰ ਬਾਹਰ ਜਾਣ ਦਾ ਰਸਤਾ ਹੈਗਾ ਜੀ। ਇਹ ਹੈਗਾ ਆਲਾ ਨੁਮਾ ਜਗ੍ਹਾ ਬਣੀ ਹੈ, ਜਿਹਨੂੰ ਆਪਾਂ ਆਲੇ ਕਹਿ ਦਿੰਦੇ ਹਾਂ ਦੀਵੇ ਵਗੈਰਾ ਲਾਉਣ ਨੂੰ। ਹੋਰ ਚੱਲਦੇ ਹਾਂ ਅੱਗੇ। ਸੋ ਇਹ ਹੈਗਾ ਜੀ ਹਵੇਲੀ ਦੀ ਰਸੋਈ ਦਾ ਸਟੋਰ ਰੂਮ, ਸਟੋਰ ਰੂਮ ਬਣਿਆ ਹੋਇਆ ਇਹ ਰਸੋਈ ਦਾ, ਰਸੋਈ ਘਰ ਦਾ ਸਟੋਰ ਰੂਮ ਆ ਰਾਸ਼ਨ ਰੱਖਣ ਵਾਸਤੇ ਹਵੇਲੀ ਦੇ ਵਿੱਚ। ਆਹ ਜਗ੍ਹਾ ਨਾ, ਇਹ ਜਗ੍ਹਾ ਨਾ ਖਾਸ ਲਗਜ਼ਰੀ ਕਮਰਾ ਸੀਗਾ ਰਸੋਈ ਦੇ, ਜਿਹੜਾ ਸੋਰੀ ਹਵੇਲੀ ਦਾ ਨਾ ਨੌਕਰ ਸੀ, ਸੇਠ ਦੀਵਾਨ ਟੋਡਰਮੱਲ ਦਾ ਨੌਕਰ ਸੀ ਨਾ, ਜਿਹੜਾ ਰਸੋਈ ਦਾ ਖਾਣਾ ਬਣਾਉਂਦਾ ਸੀ, ਹੋਰ ਸਾਰਾ ਕੁਛ ਰਸੋਈ ਦੇ ਕੰਮ ਕਾਰ, ਉਹ ਨੌਕਰ ਦਾ ਕਮਰਾ, ਇਹ ਸਾਹੀ ਕਮਰਾ ਸੀ ਇਹ ਨੌਕਰ ਦਾ, ਨੌਕਰ ਦੇ ਰਹਿਣ ਵਾਸਤੇ। ਸੋ ਇਹ ਦੇਖ ਸਕਦੇ ਹਾਂ ਲੋਹੇ ਦੀਆਂ ਪੱਟੀਆਂ ਨੇ ਲਾਈਆਂ ਹੋਈਆਂ, ਇਹਨੂੰ ਨੁਕਸਾਨ ਨਾ ਹੋਵੇ ਇਸ ਤੋਂ ਅੱਗੇ, ਹੋਰ ਵੀ ਲੋਹੇ ਦੀਆਂ ਪਿੰਨਾਂ ਲਾਈਆਂ ਹੋਈਆਂ ਇਹਨਾਂ ਨੇ ਸਾਰੇ ਪਾਸੇ, ਸਾਰੀ ਹੀ ਇਹ ਛੋਟੀ ਇੱਟ ਦੀ ਬਣੀ ਹੋਈ ਕੁਛ ਪਲਾ। ਇੱਕ ਨਾ ਉੱਪਰੋਂ ਦਿਖਾਈ ਹਰਪ੍ਰੀਤ, ਉੱਪਰ ਨਾ ਇਹਦੇ ਕੀ ਕਹਿੰਦੇ ਆ ਆਪਾਂ ਸਭ ਤੋਂ ਜਿਹੜੀ ਟੋਪ ਵਾਲੀ ਸੱਤ ਆ ਨਾ ਉਹ ਦਿਸ ਰਹੀ ਹੈ, ਇਹਦੇ ਵਿਚਕਾਰ ਦੋ ਸੱਤਾਂ ਹੋਰ ਸੀ ਉਹ ਡਿੱਗ ਚੁੱਕੀਆਂ। ਦੋ ਤਿੰਨ ਮੰਜ਼ਿਲਾ ਚਾਰ ਮੰਜ਼ਿਲਾ ਹਵੇਲੀ ਸੀਗੀ ਇਹ। ਇਹ ਹੈਗਾ ਜੀ ਤਹਿਖਾਨੇ ਦਾ ਰੋਸ਼ਨਦਾਨ, ਇਹ ਥੱਲੇ ਤਹਿਖਾਨੇ ਸੀ, ਉੱਪਰ ਗਰਾਊਂਡ ਫਲੋਰ ਆ ਗਿਆ, ਫਿਰ ਉਸ ਤੋਂ ਉੱਪਰ ਹੋਰ ਦੋ ਮੰਜ਼ਿਲਾਂ ਸੀਗੀਆਂ। ਤਹਿਖਾਨੇ ਦੇ ਅੰਦਰ ਜਾਣ ਦਾ ਰਸਤਾ ਇੱਟਾਂ ਦਾ, ਸ਼ਾਹੀ ਇੱਟਾਂ ਦਾ ਬਣਿਆ ਹੋਇਆ, ਵੀ ਸਰਹੰਦੀ ਇੱਟਾਂ ਦੀ ਸਾਰੀ ਹਵੇਲੀ ਹੈ। ਛੋਟੀਆਂ ਪਹਿਲਾਂ ਵਾਲੇ ਸਮੇਂ 'ਚ ਨਾ ਸਾਰਾ ਹੀ ਛੋਟੀਆਂ ਇੱਟਾਂ ਹੀ ਵਰਤਦੇ ਸੀ, ਅਤੇ ਇੱਟ ਬਹੁਤ ਲੱਗਦੀ ਸੀ। ਇਹ ਵੀ ਤਹਿਖਾਨੇ ਦੀ ਸੱਤ ਹੈ, ਉਹ ਲਿਖਿਆ ਵੀ ਉੱਪਰ ਤਹਿਖਾਨੇ ਦੀ ਸੱਤ ਢਹਿ ਚੁੱਕੀ ਹੈ, ਮੇਰੇ ਕੱਦ ਜਿੰਨੇ ਤਾਂ ਕਹਿ ਸਕਦੇ ਵੀ ਤਹਿਖਾਨੀ ਸੀ ਇਹਦੇ ਵਿੱਚ। ਵੀ ਸੇਠ ਟੋਡਰਮੱਲ ਕੌਣ ਸੀ ਪੰਜਾਬ ਵੀ ਸਾਰੇ ਜਾਣਦੇ, ਪਰ ਫਿਰ ਵੀ ਮੈਂ ਥੋੜ੍ਹਾ ਦੱਸ ਦਿੰਦਾ, ਜਿਹੜਾ ਦੀਵਾਨ ਸੇਠ ਟੋਡਰਮੱਲ ਸੀ ਨਾ, ਉਹਨੇ ਨਾ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਨਾ,
ਉਹਨਾਂ ਨੇ ਨਾ ਆਪਣੀ ਕੀ ਕਹਿ ਸਕਦੇ ਹਾਂ ਜਿਹੜੀਆਂ ਸੋਨੇ ਦੀਆਂ ਮੋਹਰਾਂ ਸੀ ਨਾ ਦੀਵਾਨ ਟੋਡਰਮੱਲ ਦੇ ਕੋਲ, ਉਹ ਸਿੱਧੀਆਂ ਖੜੀਆਂ ਕਰਕੇ ਜ਼ਮੀਨ ਦੇ ਉੱਤੇ ਸਾਹਿਬਜ਼ਾਦਿਆਂ ਨੂੰ ਸੰਸਕਾਰ ਕਰਨ ਦੇ ਵਾਸਤੇ ਜਗ੍ਹਾ ਮੁੱਲ ਲਈ ਸੀ। ਜਿੰਨੀਆਂ ਜਗ੍ਹਾ ਜਿੰਨੀਆਂ ਸੋਨੇ ਦੀਆਂ ਮੋਹਰਾਂ ਉਹਨਾਂ ਨੇ ਸਿੱਧੀਆਂ ਕਰਕੇ ਰੱਖੀਆਂ, ਉਹ ਜਗ੍ਹਾ ਦੇ ਬਦਲੇ ਸੋਨੇ ਦੀਆਂ ਮੋਹਰਾਂ ਦੇ ਬਦਲੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਵਾਸਤੇ ਜਗ੍ਹਾ ਮੁੱਲ ਲਈ ਸੀ ਇਸ ਦੀਵਾਨ ਸੇਠ ਟੋਡਰਮੱਲ ਨੇ।